ਮਾਤਾ ਸ਼੍ਰੀ ਨੈਣਾ ਦੇਵੀ ਜਾਣ ਵਾਲੇ ਰਾਹ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਦੱਸ ਦਈਏ ਕਿ ਦੇਖਦੇ ਹੀ ਦੇਖਦੇ ਸਾਰਾ ਜੰਗਲ ਤਬਾਹ ਹੋ ਗਿਆ। ਤਾਂ ਇੱਕ ਵਾਰ ਫਿਰ ਤੋਂ ਗਰਮੀਆਂ ਦੇ ਕਾਰਨ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ। ਤਾਂ ਦੱਸ ਦਈਏ ਕਿ ਜਿੱਥੇ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਅਤੇ ਇਹ ਹੁਣ ਅੱਗ ਜੋ ਹੈ ਕਿਤੇ ਨਾ ਕਿਤੇ ਪੰਜਾਬ ਦੇ ਏਰੀਏ ਦੇ ਵਿੱਚ ਵੀ ਪਹੁੰਚਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਨੈਣਾ ਦੇਵੀ ਜਾਣ ਵਾਲੇ ਰਾਹ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ। ਹਾਲਾਂਕਿ ਕੜੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਆ ਕੇ ਮੌਕੇ ਦੇ ਉੱਤੇ ਅੱਗ 'ਤੇ ਕਾਬੂ ਪਾਇਆ। ਤਾਂ ਦੱਸ ਦਈਏ ਕਿ ਜਿੱਥੇ ਲੱਕੜਾਂ ਦਾ ਵੱਡਾ ਨੁਕਸਾਨ ਹੋਇਆ ਉੱਥੇ ਕਈ ਖੜ੍ਹੇ ਦਰੱਖਤ ਅਤੇ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਪਹੁੰਚਿਆ। ਤਾਂ ਦੱਸ ਦਈਏ ਕਿ ਕਈ ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਦੱਸ ਦਈਏ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਜਦੋਂ ਮਾਤਾ ਸ਼੍ਰੀ ਨੈਣਾ ਦੇਵੀ ਨੂੰ ਜਾਂਦੇ ਹਾਂ ਤਾਂ ਰਾਹ ਦੇ ਵਿੱਚ ਇੱਕ ਖੱਡ ਆਉਂਦੀ ਹੈ। ਕਿਹਾ ਜਾ ਰਿਹਾ ਕਿ ਉੱਥੇ ਅੱਗ ਲੱਗਣ ਦੀ ਪਹਿਲਾਂ ਸੂਚਨਾ ਮਿਲੀ ਸੀ, ਪਰ ਜਦੋਂ ਉੱਥੇ ਪਹੁੰਚ ਕੇ ਦੇਖਿਆ ਗਿਆ ਤਾਂ ਲਗਾਤਾਰ ਅੱਗ ਜੋ ਹੈ ਉਹ ਵੱਧਦੀ ਹੀ ਜਾ ਰਹੀ ਸੀ। ਹਾਲਾਂਕਿ ਆਲੇ ਦੁਆਲੇ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਦੇ ਉੱਤੇ ਇਸ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਲਗਾਤਾਰ ਅੱਗ ਵੱਧਦੀ ਦੇਖ ਕੇ ਫਾਇਰ ਬ੍ਰਿਗੇਡ ਨੂੰ ਵੀ ਕਈ ਘੰਟਿਆਂ ਦੀ ਕੜੀ ਮੁਸ਼ਕਤ ਕਰਨੀ ਪਈ ਹੈ। ਤਾਂ ਇਹ ਅੱਗ ਲੱਗਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਅੱਗ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਉੱਚੀ ਉੱਚੀ ਉੱਠ ਰਹੀਆਂ ਲਪਟਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ। ਤਾਂ ਦੱਸ ਦਈਏ ਕਿ ਜਦੋਂ ਇਹ ਅੱਗ ਲੱਗੀ ਤਾਂ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ, ਕਿਉਂਕਿ ਅੱਗ ਜੋ ਹੈ ਲਗਾਤਾਰ ਵੱਧਦੀ ਹੀ ਜਾ ਰਹੀ ਸੀ। ਤਾਂ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਕਣਕਾਂ ਦੇ ਵਿੱਚ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉੱਥੇ ਜੰਗਲਾਂ ਦੇ ਵਿੱਚ ਵੀ ਹੁਣ ਅੱਗ ਭੜਕਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਅੱਗ ਜੋ ਹੈ ਲਗਾਤਾਰ ਇਹ ਵੱਧਦੀ ਗਈ ਅਤੇ ਕਈ ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਭਾਜੀ ਕੀ ਨਾਮ ਹੈ ਅਤੇ ਕਿੱਥੋਂ ਤੁਸੀਂ ਆਏ ਹੋ, ਕਿੰਨੀ ਦੇਰ 'ਚ ਪੁੱਜੇ ਹੋ? ਸਰ ਮੇਰਾ ਨਾਮ ਸੁਮਿਤ ਕੁਮਾਰ ਹੈ ਅਤੇ ਅਸੀਂ ਨੰਗਲ ਫਾਇਰ ਸਟੇਸ਼ਨ ਤੋਂ ਆਏ ਜੀ। ਅਤੇ ਕਿੱਥੇ ਅੱਗ ਲੱਗੀ ਇੱਥੇ ਸੀ? ਸਰ ਆਪਣੇ ਆਨੰਦਪੁਰ ਸਾਹਿਬ ਲੱਗੀ ਜੀ। ਕਿੰਨੀ ਦੇਰ 'ਚ ਪੁੱਜ ਗਏ ਤੁਸੀਂ? ਭਾਜੀ 10-15 ਮਿੰਟ ਲੱਗੇ ਸਾਨੂੰ ਗੱਡੀ ਪਜਾਉਣੀ। ਕੋਈ ਕੈਜੂਅਲਟੀ ਹੋਈ ਹੈ ਕਿ ਜਾਂ? ਨਹੀਂ ਸਰ, ਕੈਜੂਅਲਟੀ ਕੁਛ ਨਹੀਂ ਹੈ। ਅਤੇ ਕਿੰਨੀ ਕੁ ਦੇਰ ਕਾਬੂ ਕਰ ਲਿਆ ਗਿਆ? ਸਰ ਉਹ ਘੰਟਾ ਲੱਗ ਗਿਆ ਸਾਨੂੰ ਅੱਗ 'ਤੇ ਕਾਬੂ ਪਾਉਣ ਵਿੱਚ। ਕਾਬੂ ਪਾ ਲਿਆ ਜੀ? ਹਾਂਜੀ, ਅੱਗ ਤਾਂ ਹੁਣ ਤਾਂ ਬੁਝਾਤੀ ਚੰਗੀ ਤਰ੍ਹਾਂ। ਹੁਣ ਚੰਗੀ ਤਰ੍ਹਾਂ ਬੁਝ ਗਈ? ਹਾਂਜੀ। ਇਹ ਕਰੀਬ 1:15 ਮੈਂ ਇੱਧਰ ਨੂੰ ਆਇਆ ਸੀ ਗਸ਼ਤ ਕਰਦਾ, ਤਾਂ ਅੱਗ ਲੱਗੀ ਵੀ ਸੀਗੀ ਉਦੋਂ। ਫਿਰ ਮੈਂ ਥਾਣੇ ਫੋਨ ਕਰਕੇ ਫਾਇਰ ਬ੍ਰਿਗੇਡ ਉੱਥੇ ਨੰਗਲ ਨੋਟ ਕਰਾ ਕੇ ਤਾਂ ਫਾਇਰ ਬ੍ਰਿਗੇਡ ਮੰਗਾ ਲਈ, ਅਤੇ ਵੈਸੇ ਜਾਨੀ ਨੁਕਸਾਨ ਇਹਦੇ 'ਚ ਕੋਈ ਨਹੀਂ ਹੋਇਆ। ਇਹ ਨਦੀ ਹੈ ਜਿਹੜੀ ਆ ਚਰਨ ਗੰਗਾ ਤੋਂ ਸਿੱਧੀ ਅੱਗੇ ਨੂੰ ਆਉਂਦੀ, ਹਸਪਤਾਲ ਦੇ ਨੇੜੇ ਲੱਗੀ ਹੋਈ ਸੀ ਨੜਿਆਂ ਨੂੰ। ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਜੀ? ਹਾਂਜੀ, ਹੁਣ ਕਾਬੂ ਪਾ ਲਿਆ। ਦੇਰ ਵਾਸਤੇ ਅੱਗ ਲੱਗੀ ਅਤੇ ਅੱਗ 'ਤੇ ਕਾਬੂ ਕਿੱਦਾਂ ਪਾਇਆ ਗਿਆ? ਇਹ ਅੱਗ ਭਾਜੀ 8 ਵਜੇ ਤੋਂ ਪਹਿਲਾਂ ਦੀ ਲੱਗੀ ਹੋਈ ਹੈ, ਤਾਂ ਲਗਭਗ 1.25 ਘੰਟੇ ਬਾਅਦ ਫਾਇਰ ਟੈਂਡਰ ਆਉਂਦਾ। ਪਹਿਲਾਂ ਨੰਗਲ ਤੋਂ ਫਾਇਰ ਟੈਂਡਰ ਆਉਂਦਾ ਹੈ। ਉਹ ਅੱਗ ਕਿਉਂਕਿ ਛੋਟੇ ਛੋਟੇ ਪੈਚਿਸ 'ਚ ਲੱਗੀ ਸੀਗੀ ਤਾਂ ਕਾਫੀ ਸਪਰੈਡ ਹੋ ਰਹੀ ਸੀ ਦੋਨੇ ਸਾਈਡਾਂ 'ਤੇ, ਇੱਧਰ ਨੂੰ ਵੀ ਅਤੇ ਦੂਸਰੀ ਸਾਈਡ 'ਤੇ ਵੀ, ਲੈਫਟ ਸਾਈਡ 'ਤੇ ਵੀ, ਰਾਈਟ ਸਾਈਡ 'ਤੇ ਵੀ। ਫਾਇਰ ਟੈਂਡਰ ਨੇ ਕੋਸ਼ਿਸ਼ ਕੀਤੀ ਹੈ, ਫਾਇਰ ਬ੍ਰਿਗੇਡ ਨੇ ਕੋਸ਼ਿਸ਼ ਕੀਤੀ ਬੁਝਾਉਣ ਦੀ, ਛੋਟੇ ਛੋਟੇ ਪੈਚਿਸ ਨੂੰ ਕਾਫੀ ਹੱਦ ਤੱਕ ਕੰਟਰੋਲ 'ਚ ਕੀਤਾ, ਪਰ ਇੱਕ ਪੈਚ ਸੀਗਾ ਉਹ ਦੂਰ ਤੁਹਾਨੂੰ ਹੁਣ ਦੇਖਦਾ ਹੋਏਗਾ ਧੂੰਆਂ ਉੱਥੋਂ ਹੋਇਆ, ਉਹ ਪੈਚ ਵੀ ਜਿਹੜਾ ਹੁਣ ਇਹਨਾਂ ਨੇ ਕੰਟਰੋਲ ਕਰ ਲਈ, ਉੱਥੇ ਵੀ ਜਿਹੜੀ ਫਾਇਰ ਹੈ। ਤਾਂ ਇਹ ਫਾਇਰ 8 ਵਜੇ ਤੋਂ ਪਹਿਲਾਂ ਦੀ ਲੱਗੀ ਹੋਈ ਹੈ, ਹੁਣ ਜਾ ਕੇ ਕੰਟਰੋਲ 'ਚ ਆਈ ਹੈ। ਲੋਕੇਸ਼ਨ ਕਿੱਥੇ ਹੈ? ਲੋਕੇਸ਼ਨ ਇਹ ਹੈਗੀ ਹੈ ਜੀ, ਜਿਹੜਾ ਸਿਵਲ ਹੋਸਪਿਟਲ ਆਨੰਦਪੁਰ ਸਾਹਿਬ ਹੈ ਉਹਦੇ ਬਿਲਕੁਲ ਸਾਹਮਣੇ ਚਰਨ ਗੰਗਾ ਘਾਟ ਦੇ ਵਿੱਚ। ਕੋਈ ਕੈਜੂਅਲਟੀ ਹਲੇ ਤੱਕ ਤਾਂ ਨਹੀਂ। ਸਰਕਾਰ ਨੂੰ ਕੀ ਮੰਗ ਕਰਦੇ ਹੋ ਕਿ ਆਨੰਦਪੁਰ ਸਾਹਿਬ? ਸਰਕਾਰ ਨੂੰ ਇਹ ਮੰਗ ਹੈ ਜੀ ਕਿ ਇੱਥੇ ਫਾਇਰ ਸਟੇਸ਼ਨ ਸਟੈਬਲਿਸ਼ ਕੀਤਾ ਜਾਵੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ, ਕਿਉਂਕਿ ਕਈ ਸਾਰੇ ਕਈ ਦਫ਼ਾ ਦੇਖਣ 'ਚ ਆਇਆ ਹੈ ਕਿ ਇੱਥੇ ਕਾਫੀ ਭਿਅੰਕਰ ਅੱਗ ਲੱਗ ਜਾਂਦੀ ਹੈ, ਤਾਂ ਕੰਟਰੋਲ 'ਚ ਕਰਨੀ ਮੁਸ਼ਕਿਲ ਹੋ ਜਾਂਦੀ, ਕਿਉਂਕਿ ਜਿਹੜਾ ਫਾਇਰ ਟੈਂਡਰ ਹੈ ਉਹ ਨੰਗਲ ਤੋਂ ਇੱਥੇ ਪਹੁੰਚਦਾ ਹੈ, ਜਿਹਦੇ 'ਚ ਕਿ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ ਹੈ।